ਤੇ ਬੇਈਮਾਨੀ ਤਾਂ ਕੀਤੀ ਆ ਤੁਸੀਂ ਮੰਮੀ ਨਾ ਕੱਪੜੇ ਸ਼ੋਪਿੰਗ ਕਰਕੇ ਆਈ ਅੱਜ ਕੋਈ ਨਾ ਮੋੜ ਆਉਣਾ ਇੰਨੀ ਦੂਰ ਵੀ ਨੀ ਜਾਣਾ ਹੈਗਾ ਅਮਰੀਕਾ ਤਿਆਰ ਖਿੱਚੀ ਨੀ ਹੁੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਰੰਗ ਲੈ ਗਿਆ ਪਿੱਛੋਂ ਕੀ ਕਰ ਸਕਦੇ ਰੰਗ ਲੈ ਗਿਆ ਤੇ ਰੰਗ ਨਵਾਂ ਕਰਾਓ ਤੁਸੀਂ ਬੀਬੀ ਰੰਗ ਨੀ ਕਰਾਉਂਦੇ ਘਰ ਨੂੰ ਤੁਸੀਂ ਤੁਹਾਡੇ ਘਰ ਦਾ ਰੰਗ ਲਈ ਜਾਂਦਾ ਵਾ ਸੂਟਾਂ ਦੇ ਤੁਹਾਨੂੰ ਪੈ ਜਾਂਦੇ ਸੂਟਾਂ ਦੇ ਪੈਸੇ ਲੱਗੀ ਜਾਂਦੇ ਤੇ ਰੰਗ ਤੇ ਵੀ ਲਾ ਲਓ ਜਿਹੜੇ ਰੰਗ ਲਾਉਣੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਗੁਰਮੀਤ ਕੌਰ ਹੈ ਵਿਆਹ ਦੇ ਲਾਗੇ ਰੰਗ ਕਰਾਉਣਾ ਲਓ ਵੀ ਆਪਣਾ ਵਿਆਹ ਆ ਗਿਆ ਵਾ ਕਿੱਧਰ ਵਿਆਹ ਮੇਰਾ ਲਓ ਸ਼ੋਪਿੰਗ ਕਰੀ ਜਾਂਦੇ ਵਿਆਹ ਆ ਜਾਂਦਾ ਬਸ 2036 ਵਿੱਚ ਆਪਣਾ ਵਿਆਹ ਵਾ ਤੇ ਆ ਜਾਓ ਸਾਰੇ ਜਣੇ 36-37 ਚ ਮੈਂ ਗੁੱਚੀ ਗਾਜੀ ਕਿਤੇ ਮੈਂ ਕਿਹੜਾ ਆਪਦੇ ਪੁੱਤ ਤੇ ਲਓ ਜੀ ਪਹਿਲਾਂ ਦੱਸ ਕੀ ਬੋਲਿਆ ਸੀ ਕੀ ਮੈਂ ਕਿਹੜਾ ਆ ਜਾ ਤੂੰ ਬੋਲਿਆ ਸੀ ਔਰ ਬੇਬੇ ਤੇਰਾ ਲੱਗਦਾ ਸੂਟ ਫਿੱਕੇ ਤੇਰੇ ਲੱਗਦੇ ਆ ਕਿੰਨੇ ਕਿੰਨੇ ਦਾ ਸਹੀ ਦੱਸ ਦੇ 5500 ਦਾ ਉਹ ਚ ਕੀ ਲੱਗਾ ਵਾ ਸ਼ੋਪਿੰਗ ਕਰਕੇ ਆ ਗਏ ਬਸ ਹੋਰ ਕੰਮ ਇਹਨੇ ਵੀ ਸ਼ੋਪਿੰਗ ਤੋਂ ਬਿਨਾ ਮੈਂ ਰੱਬ ਜਲਾ ਸ਼ੋਪਿੰਗ ਕਰਨ ਫਿਰ ਦਓ ਪੈਸੇ ਐਵੇਂ ਇੱਕ ਗੱਲ ਨਾ ਨਾ ਆਪਾਂ ਸ਼ੋਪਿੰਗ ਕਰਨੀ ਆ ਨਿਕਲ ਜਾਣਾ ਮੈਂ ਬਸ ਥੋੜੇ ਦਿਨਾਂ ਤੱਕ ਰਹਿਆਂਗੇ ਇਹ ਪਾਸੇ ਆਪਾਂ ਨਹੀਂ ਰਹਿੰਦੇ ਵੱਡੇ ਜਦੋਂ ਚਲੇ ਗਿਆ ਇਹਨੂੰ ਕਹਿਣਾ ਬਸ ਇੱਕੋ ਹੀ ਚੀਜ਼ ਆ ਕੁੜੀ ਕੁੜੀ ਲੈ ਆਈ ਭਲਾ ਕਾਲੀ ਲੈ ਭਲਾ ਗੁੱਡੀ ਲੈ ਆਈ ਇਹ ਨਾ ਮੈਂ ਮੀਡੀਆ ਦੀਆਂ ਨਹੀਂ ਲੈ ਲਈ ਚੁੱਕੀ ਉੱਥੇ ਚੱਲਣਾ ਜਿੱਥੇ ਕੋਈ ਸੋਚ ਨਹੀਂ ਸਕਦਾ ਹਨਾ ਜਿਮ ਸ਼ੁਰੂ ਕਰ ਲਏ ਜਿਮ ਪਤਲੇ ਹੋ ਗਏ ਲਓ ਮਿੱਤਰੋ ਇਹ ਸੂਟਾਂ ਦੇ ਰੌਲੇ ਚੱਲਦੇ ਨੇ ਵੇਖ ਲਓ ਸੂਟਾਂ ਬਣਾ ਬੀਬੀਆਂ ਰਾਜਦੀਆਂ ਮੈਂ ਕਹਿੰਦਾ ਮੈਂ ਕੀ ਬਣਾਇਆ ਦੱਸ ਕਿੱਦਾਂ ਲਿਆ ਕਿੰਨੇ ਦਿਨ ਹੋ ਗਏ ਕਿੰਨਾ ਚਿਰ ਹੋ ਗਿਆ ਕੁਛ ਬਣਾਇਆ ਨੀ ਸਕੀਮ ਪੈ ਗਿਆ ਖੜੇ ਵੇਦੇ ਤੁਹਾਨੂੰ ਨੀ ਪਤਾ ਨਾ 100 ਸਕੀਮਾਂ ਪਾਉਣੀਆਂ ਪੈਂਦੀਆਂ ਵਾ ਹਜੇ ਤੁਹਾਨੂੰ ਜਿੱਦਾਂ ਰੇਟ ਦੱਸਦਾ ਤੁਸੀਂ ਘਰੋਂ ਕੱਢ ਦੇਣਾ ਵਾ ਜੇ ਤੁਹਾਨੂੰ ਰੇਟ ਹੀ ਦੱਸਦਾ ਤੁਸੀਂ ਤਾਂ ਘਰੋਂ ਕੱਢ ਦੇਣਾ ਜੇ ਹੋਏ ਆਹ ਰੇਟ ਆ ਪੇਟ ਪਾਇਆ ਪੁੱਤ ਤੇਰਾ ਮੈਂ ਐਵੇਂ ਨਹੀਂ ਨਾ
ਮੈਨੂੰ ਪਤਾ ਜਾਣ ਲੱਗਿਆ ਚੂਨਾ ਤਾਂ ਫੇਰ ਲਾਊਗਾ ਤੁਰਿਆ ਜਾਂਦਾ ਇਹ ਐਵੇਂ ਘੱਟ ਨੀ ਗਾ ਇਹਨੇ ਐਨ ਖੜੇ ਪੈ ਜਦੋਂ ਜਾਣਾ ਹੋਇਆ ਦੋ ਦਿਨ ਪਹਿਲਾਂ ਉਦੋਂ ਬੈਗ ਵਾਟੇ ਚੋਂ ਲਫਾਫੇ ਭਰ ਭਰ ਲੈ ਕੇ ਆਊਗਾ ਚੱਲ ਜਾਣਾ ਬਸ ਰਹਿਣਾ ਨੀ ਇੱਥੇ ਆਪਾਂ ਦੱਸਦਾ ਜੀ ਮੈਂ ਤਾਂ ਆਪ ਕੱਢ ਕੇ ਪੁੱਛਿਆ ਤੈਨੂੰ ਹੁਣ ਰੱਖ ਕੇ ਮੈਂ ਤਾਂ ਕੀ ਪਈ ਮੋਟਰ ਨਾ ਮੈਂ ਨਾ ਮਹੀਨੇ ਇੱਕ ਤੇ ਮੋਟਰ ਨਾ ਉੱਧਰ ਬਲੌਗ ਬਣਾਏ ਉਦੋਂ ਪਾ ਲਾ ਗਾਂਧੀ ਵਾਲੇ ਦਿਨ ਆਉਣਾ ਤੂੰ ਇੱਥੇ ਜਿੱਦਾਂ ਗਾਂਧੀ ਨੇ ਜੰਮਣਾ ਨਹੀਂ ਤਾਂ ਤੂੰ ਜੰਮਣਾ ਤੂੰ ਨੀ ਵਾਪਸ ਆਉਣਾ ਪਤਾ ਨਾ ਦੋ ਅਕਤੂਬਰ ਨੂੰ ਦਿੱਲੀ ਹੋਊਗਾ ਮੈਂ ਤੂੰ ਕਾਕਾ 2 ਅਕਤੂਬਰ ਨੂੰ ਦਿੱਲੀ ਹੋਊਗੀ ਘਰੇ ਵੀ ਘਰੇ ਬਣਾਊਗਾ ਮੈਂ ਇਹ ਵੀ ਗੱਲ ਕਰਾਈ ਬੀਬੀ ਕਰਾਈ ਗੱਲ ਸਾਰੇ ਦਿਨ ਦੇ ਘਰੇ ਬਣਾਉਂਦਾ ਜੇ ਬਾਹਰ ਜਨਮਦਿਨ ਮਨਾਉਣਾ ਤੇ ਮਨਾਉਣਾ ਜੋ ਮਰਜ਼ੀ ਹੁੰਦਾ ਹੋ ਜੇ ਲਾਲਾ ਲਾ ਹੋ ਜੇ ਤੁਸੀਂ ਆਪ ਸੂਟ ਲੈ ਲੈ ਆ ਜਾਂਦੇ ਮੈਨੂੰ ਕੋਈ ਪੁੱਛਦੇ ਨੀ ਗੇ ਤੇ ਲਓ ਮਿੱਤਰ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਜੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਆਪਣਾ ਹੈਲੋ ਹਾਂਜੀ ਕੌਣ ਬੋਲ ਰਹੇ ਹੋ ਮੈਮ ਤੁਸੀਂ ਅੱਜ ਸੂਟ ਲੈ ਕੇ ਗਏ ਸੀ ਕੁੱਕੜਾ ਵਾਲੇ ਮੈਮ ਤੁਸੀਂ ਅੱਜ ਕੁੱਕੜਾ ਵਾਲਿਆਂ ਤੋਂ ਜੀਰੇ ਹਾਂਜੀ ਹਾਂਜੀ ਤੇ ਉਹ ਤੁਹਾਡੀ ਪੇਮੈਂਟ ਰਹਿੰਦੀ ਸੀ ਮੈਮ ਨਹੀਂ ਮੈਮ ਉਹ ਨੋਟ ਜਿਹੜੇ ਨਕਲੀ ਦਿੱਤੇ ਆ ਅਸਲੀ ਨੀ ਗੇ ਉਹ ਇਹ ਤੁਹਾਡਾ ਨੰਬਰ ਹੈਗਾ ਪਹਿਲਾਂ ਨੂਰਪੁਰ ਤੋਂ ਰਾਜਵੀਰ ਬੋਲ ਰਹੇ ਮੈਮ ਤੁਹਾਡੇ ਬੇਟੇ ਦਾ ਨਾਮ ਸਨੋਵਰ ਤੋਂ ਆ ਨਾ ਤੇ ਉਹ ਮੈਮ ਉਹ ਗਲਤ ਟ੍ਰਾਂਜੈਕਸ਼ਨ ਕੀਤੀ ਉਹ ਸਾਡੇ ਨਹੀਂ ਪੇ ਹੋਏਗੇ ਨਹੀਂ ਮੈਮ ਉਹ ਨਹੀਂ ਹੋਈ ਨਾ ਤਾਂ ਹੀ ਮੈਂ ਫਿਰ ਦੇਖ ਕੇ ਕਾਲ ਕੀਤੀ ਅਸੀਂ ਸ਼ਾਮ ਨੂੰ ਹਿਸਾਬ ਕਰਦੇ ਹਾਂ ਮੈਂ ਕਿਹੜਾ ਕਹਿ ਰਹੀ ਹਾਂ ਤੁਸੀਂ ਕੀਤੇ ਤੁਹਾਡੇ ਬੇਟੇ ਨੇ ਕੀਤੇ ਆ ਉਸ ਸ਼ਾਮ ਨੂੰ ਅਸੀਂ ਪੇਮੈਂਟ ਉਹ ਕਰਦੇ ਹਾਂ ਤੇ ਹਾਂ ਤੇ ਉਹੀ ਤੇ ਕਹਿ ਰਹੇ ਵੀ ਮੈਮ ਵੀ ਪੈਸੇ ਕੀਤੇ ਨੀ ਤੁਸੀਂ ਪੇ ਅਸੀਂ ਉਹਨਾਂ ਦੇ ਪੇਜ ਤੇ ਦੇਖਦੇ ਹੁੰਦੇ ਹਾਂ ਤੁਹਾਨੂੰ ਅਸੀਂ ਅੱਜ ਦੇਖਿਆ ਇਸ ਕਰਕੇ ਹਾਂਜੀ ਹਾਂਜੀ ਮੈਮ ਟੋਟਲ ਕਿੰਨੇ ਪੈਸੇ ਦੇ ਗਏ ਤੁਸੀਂ ਟੋਟਲ ਕਿੰਨੇ ਪੈਸੇ ਦੇ ਗਏ ਤੁਸੀਂ ਤੁਸੀਂ ਮੈਮ ਤੁਸੀਂ ਦੱਸੋ ਪਹਿਲਾਂ ਵੀ ਤੁਸੀਂ ਟੋਟਲ ਕਿੰਨੇ ਪੈਸੇ ਦੇ ਕੇ ਗਏ ਹੋ
ਹਾਂਜੀ ਹਾਂ ਤੇ ਤੁਸੀਂ ਕਹਿੰਦੇ ਵੀ ਅਸੀਂ ਗੂਗਲ ਪੇ ਕੀਤੇ ਆ ਹਾਂ ਤੇ ਉਹੀ ਮੈਮ ਅਸੀਂ ਕਹਿ ਰਹੇ ਹਾਂ ਵੀ ਸਕੈਨ ਕੀਤੇ ਤੁਸੀਂ ਬਟ ਉਹ ਸਾਡੇ ਅਕਾਊਂਟ ਚ ਪੈਸੇ ਆਏ ਨੀ ਹੈ ਟ੍ਰਾਂਸਫਰ ਨਹੀਂ ਹੋਏ ਮੈਮ ਠੀਕ ਹੈ ਮੈਮ ਤੁਸੀਂ ਮੈਨੂੰ ਹੁਣੇ ਫੋਨ ਕਰਕੇ ਦੱਸਣਾ ਠੀਕ ਹੈ ਪਲੀਜ਼ ਮੈਮ ਬਹੁਤ ਜ਼ਰੂਰੀ ਹੈ ਸਾਨੂੰ ਤੇ ਤੁਸੀਂ ਹੁਣੇ ਹੁਣੇ ਦੱਸਣਾ ਕੋਈ ਨਾ ਕੋਈ ਨਾ ਥੈਂਕ ਯੂ ਮੈਮ ਤੁਸੀਂ ਪਲੀਜ਼ ਮਾੜਾ ਜਲਦੀ ਕਰਿਓ ਓਕੇ ਜੀ ਮੰਮੀ ਸੂਟ ਬਣਾ ਕੇ ਲਏ ਕੁੱਕੜਾਂ ਤੋਂ ਮੰਮੀ ਦੀ ਪੰਜਾਹ ਸੱਠ ਹਜ਼ਾਰ ਦੇ ਕੱਪੜੇ ਲੈਂਦੇ ਬਣਾ ਕੇ ਮੰਮੀ ਨੇ ਆਹੋ ਮੈਂ ਫੋਨ ਲਾ ਤਾਂ ਪੈਸੇ ਨੀ ਮੈਂ ਬਾਹਰ ਨੀ ਜਾਣਾ ਗਾ ਨਾਨੇ ਨਾਨੀ ਨਾਲ ਬਣਾਏ ਆ ਬਾਹਰ ਘੁੰਮਣ ਜਾਣਾ ਸੀ ਤੇ ਨਹੀਂ ਅਜੇ ਵਹਿੰਦੇ ਅੱਜ ਕਿੰਨੇ ਕਿੰਨੇ ਜਾਣਾ ਤੇ ਮੈਂ ਮੰਮੀ ਨੂੰ ਫੋਨ ਲਾਓ ਕਿ ਤੁਹਾਡੇ ਪੈਸੇ ਦੇ ਨਕਲੀ ਨੋਟ ਦੇ ਨਕਲੀ ਦੇ ਗਏ ਤੈਨੂੰ ਫੋਨ ਆਊਗਾ ਨਹੀਂ ਤੂੰ ਮੈਂ ਰੱਖਿਆ ਨੀ ਨਾਲ ਕਹਿੰਦੀ ਨੰਬਰ ਉਹ ਲਿਆ ਕਿੱਥੋਂ ਮੰਮੀ ਟੈਨਸ਼ਨ ਪਈ ਹੈ ਨਕਲੀ ਨੋਟ ਦੇ ਕੇ ਤੁਸੀਂ ਆਈ ਕਿਆ ਕਿਤੋਂ ਬਣਾ ਕੇ ਲਿਆਂਦੇ ਕੁੱਕੜਾਂ ਤੋਂ ਜੀ ਰਿਓ ਅੱਛਾ ਆਪਣੇ ਆਪ ਸਾਰਾ ਦੱਸਦਾ ਇੰਨੇ ਰੁਪਏ ਦੇ ਸੂਟ ਲਏਗਾ ਭੇਤ ਕੱਢਤਾ ਲੋ ਜੀ ਆ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਹੁਣੇ ਦੱਸਦੇ ਕੀ ਬਣਦਾ ਵਾ ਮੰਮੀ ਨਾਲ ਪ੍ਰੈਂਕ ਬਣੀ ਜਾਂਦਾ ਲੋ ਜੀ ਫੋਨ ਆ ਗਿਆ ਮੰਮੀ ਦਾ ਫੇਰ ਹੋਣਾ ਮੈਨੇ ਕੀ ਕਹਿੰਦੀ ਮੰਮੀ ਚਲੋ ਹੈਲੋ ਹੈਲੋ ਹਾਂਜੀ ਮੈਡਮ ਕਿਹੜੇ ਪੈ ਦੀ ਗੱਲ ਕਰਦੇ ਜਿਹੜਾ ਕੀ ਬੋਲਾਂ ਹੁਣ ਮੈਂ ਠੀਕ ਉਹਨਾਂ ਨਾਲ ਗੱਲ ਕਰਾਓ ਤੇ ਸਰ ਤੁਸੀਂ ਮੈਮ ਨਾਲ ਗੱਲ ਕਰਾਓ ਪਲੀਜ਼ ਗੱਲ ਕਰਾਓ ਮੈਮ ਨਾਲ ਸਰ ਤੁਸੀਂ ਮੈਮ ਨਾਲ ਗੱਲ ਕਰਵਾ ਸਕਦੇ ਪਲੀਜ਼ ਵੈਸੇ ਗੱਲ ਕਰਾਇਓ ਦੋ ਮਿੰਟ ਵੈਸੇ ਗੱਲ ਕਰਾਇਓ ਫਿਰ ਦੱਸ ਵੀ ਨਹੀਂ ਆਉਣਾ ਮੈਂ ਦਾਦੇ ਨਾਲ ਹੀ ਉਹਨਾਂ ਨੂੰ ਗੱਲ ਕਰਾ ਮੈਡਮ ਨਾਲ ਮੜੀ ਸਰ ਪਲੀਜ਼ ਤੁਸੀਂ ਮੈਮ ਨਾਲ ਗੱਲ ਕਰਵਾ ਦਿਓ ਇੱਕ ਵਾਰੀ ਅਸੀਂ ਮੈਮ ਨਾਲ ਦੱਸਦੇ ਹਾਂ ਹੈਲੋ ਕੋਈ ਨਾ ਕੋਈ ਨਾ ਮੈਮ ਤੁਸੀਂ ਟੈਨਸ਼ਨ ਨਾ ਲਓ ਠੀਕ ਆ ਅੱਛਾ 59,000 ਤੇ 1500 ਠੀਕ ਆ
ਦੂਜੀ ਮੈਡਮ ਨਾਲ ਗੱਲ ਕਰ ਲਓ, ਕਹੀ ਤੂੰ ਦੱਸਦੀ ਦੂਜੀ ਮੈਡਮ ਨਾਲ ਗੱਲ ਕਰੋ, ਕਿ ਦੂਜੀ ਮੈਡਮ ਨਾਲ ਗੱਲ ਕਰ ਲਓ। ਕੋਈ ਗੱਲ ਨੀ ਮੈਮ, ਮੈਂ ਤੁਹਾਨੂੰ ਇਹ ਕਹਿੰਦੀ ਹਾਂ ਮੈਮ ਤੁਸੀਂ ਇੱਕ ਕੰਮ ਕਰੋ, ਤੁਸੀਂ ਉੱਥੇ ਨਹੀਂ ਹੋ ਪਾਏ ਨਾ ਜਿੱਦਾਂ ਵੀ ਟ੍ਰਾਂਜੈਕਸ਼ਨ, ਤੁਸੀਂ ਮੇਰੇ ਆਏ ਵਾਲੇ ਨੰਬਰ ਤੇ ਕਰ ਦਿਓ। ਵੱਡੀ ਮੈਡਮ ਨਾਲ ਗੱਲ ਕਰ ਲਓ। ਨਹੀਂ 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 ਮੈਮ ਮੈਸੇਜ ਨਹੀਂ ਆਇਆ, ਤਾਂ ਹੀ ਤੁਹਾਨੂੰ ਕਾਲ ਕੀਤਾ। ਤੁਸੀਂ ਇੱਕ ਮਿੰਟ ਰੁਕੋ, ਸਾਡੇ ਉੱਪਰ ਮੈਮ ਨੇ ਜਿਹੜੇ ਮੈਨੇਜਰ ਉਹਨਾਂ ਨਾਲ ਗੱਲ ਕਰ ਲਓ। ਹਾਂਜੀ ਹਾਂਜੀ ਕੋਈ ਨਾ ਮੈਮ, ਮੈਮ ਤੁਸੀਂ ਸਾਡੇ ਮੈਮ ਨਾਲ ਹੈਲੋ ਹਾਂਜੀ ਹਾਂਜੀ ਤੇ ਨਹੀਂ ਤੁਹਾਨੂੰ ਕੱਪੜੇ ਸ਼ੋਪਿੰਗ ਕਰਨ ਦਾ ਪਤਾ, ਤੁਹਾਨੂੰ ਪੈਸੇ ਦੇਣ ਦਾ ਨੀ ਪਤਾ ਹੈ ਨਾ ਜੀ, ਪੈਸਿਆਂ ਦਾ ਨੀ ਤੁਹਾਨੂੰ ਪਤਾ, ਤੁਹਾਨੂੰ ਕੱਪੜੇ ਲਿਜਾਣ ਦਾ ਪਤਾ ਵਾ। ਜਦੋਂ ਇਕੱਲੇ ਗਏ ਹੋ ਸ਼ੋਪਿੰਗ ਕਰਨ ਤੇ ਫਿਰ ਇਹੀ ਬੇਈਮਾਨੀਆਂ ਹੋਣੀਆਂ ਤੁਹਾਡੇ ਨਾਲ। ਬਾਰਾ ਆਵਾ ਇੱਥੇ ਹੀ ਆ, ਜਦੋਂ ਕੱਲੇ ਸ਼ੋਪਿੰਗ ਕਰਦੇ ਹੋ ਤੁਸੀਂ ਮੰਮੀ ਨੂੰ ਫੋਨ ਲਾਇਆ ਇੱਧਰ ਕਿਤੇ, ਮੰਮੀ ਸ਼ੋਸ ਆਹੀ ਆ ਇੱਥੇ ਮੰਮੀ ਨੇ ਕੱਪੜੇ ਸ਼ੋਪਿੰਗ ਕਰਕੇ ਆਈ ਅੱਜ, ਤੇ ਮਨਿੰਦਰ ਫੋਨ ਲਾ ਰਹਾ ਉਹਨਾਂ ਨੰਬਰ ਤੋਂ, ਕਹਿੰਦਾ ਤੁਹਾਡੇ ਪੈਸੇ ਦੇਂਦੇ ਉੱਥੇ ਲਾਈ ਫੋਨ। ਮੇਰੇ ਤੇ ਸਨੋਵਰ ਦਾ ਪਲਾਨ ਸੀਗਾ ਬੈਠੇ ਬੈਠੇ, ਮੈਂ ਕਿਹਾ ਆਂਟੀ ਨੀ ਆਏ, ਮੈਂ ਕਿਹਾ ਵੀ ਆਂਟੀ ਨੀ ਆਏ, ਕਹਿੰਦਾ ਵੀ ਐਵੇਂ, ਮੈਂ ਕਿਹਾ ਰੁੱਕ ਆਪਾਂ ਫੋਨ ਲਾਉਂਦੇ ਆ, ਤੇ ਕਹਿੰਦਾ ਮੰਮੀ ਕਹਿੰਦੇ ਐਵੇਂ, ਮੈਂ ਕਿਹਾ ਚੱਲ ਕੋਈ ਨਾ ਆਪਾਂ ਕਰਦੇ ਆ ਫੋਨ ਕਿਤੇ। ਕੋਈ ਨਾ ਮੋੜ ਆਉਣਾ, ਇੰਨੀ ਦੂਰ ਵੀ ਨੀ ਜਾਣਾ ਹੈਗਾ, ਅਮਰੀਕਾ ਤਿਆਰ ਖਿੱਚੀ ਨੀ ਹੁੰਦੀ ਆ, ਅਮਰੀਕਾ ਤਿਆਰ ਖਿੱਚੀ ਨੀ ਜਿਵੇਂ ਮੈਂ ਕਿਹਾ ਤੇ ਨਹੀਂ ਸਹੀ ਗੱਲ ਆ, ਵਾਕਈ ਜਿਹਨੂੰ ਕੰਮ ਦਾ ਤਰੀਕਾ ਹੋਵੇ ਇੱਥੇ ਅਮਰੀਕਾ ਕੰਮ ਕਰਨ ਦਾ ਤਰੀਕਾ ਹੁੰਦਾ, ਅਮਰੀਕਾ ਕੋਈ ਦੂਰ ਨੀ। ਹਾਂ ਵੈਰੀ ਗੁੱਡ ਆ ਭਰਾਵਾ, ਮੈਨੂੰ ਤਾਂ ਟੈਨਸ਼ਨ ਚ ਪਾਇਆ ਪਿਆ ਤੇ ਕੱਲ ਦਾ ਤੇਰਾ ਪ੍ਰੈਂਕ ਆ, ਤਾਂ ਮੇਰਾ ਤਾਂ ਤਾਂ ਅਟੈਕ ਕਰਨ ਵਾਲਾ ਬੰਦਾ, ਤੁਹਾਡਾ ਪ੍ਰੈਂਕ ਕੱਲ ਇਹਨੇ 5000 ਰੁਪਏ ਕਿਉਂ, ਅਸੀਂ ਇੰਨਾ ਅੰਤਰਾ ਪੈਸਾ ਦੇ ਕੇ ਆ ਗਏ,
ਦੱਸਾਂਗੀ ਮੰਮੀ ਮੈਂ ਕਿਹਾ ਇਹਨਾਂ ਨੇ ਮੈਂ ਫਿਰ ਮੈਂ ਉਹਨੂੰ ਆਏ ਗੁਰਕੀ ਤਾਂ ਗਾਲਾਂ ਕੱਢਣ ਲੱਗਾ ਸ਼ੁਕਰ ਕਰੋ ਅੱਜ ਬਚ ਗਿਆ ਮੈਂ ਗੁਰਕੀ ਦੇ ਅੱਗੇ ਫੋਨ ਕਰਤਾ ਮੈਂ ਕਿਹਾ ਫਿਰ 5,000 ਰੁਪਇਆ ਇਹ ਤੁਸੀਂ ਡੁਪਲੀਕੇਟ ਸਾਰੇ ਜਾਅਲੀ ਨੋਟ ਦੇ ਮੈਨੂੰ ਮੈਂ ਤਾਂ ਆਵਾਜ਼ ਵੀ ਫਿਰ ਮੈਂ ਕਿਹਾ ਸ਼ਾਇਦ ਮੈਡਮ ਮੈਨੂੰ ਕਰੀ ਜਾਂਦੀ ਸ਼ਾਇਦ ਉਹੀ ਹੋਵੇ ਵੀ ਹਨਾ ਮੈਂ ਬੈਠੇ ਬੈਠੇ ਉਹਨੂੰ ਚੇਤਾ ਆ ਗਿਆ ਨਵਾਂ ਨੰਬਰ ਲਿਆ ਉਹਨਾਂ ਨੇ ਮੈਂ ਕਿਹਾ ਵੀ ਕੁੜੀਆਂ ਨੇ ਉਹਦਾ ਨੰਬਰ ਨਹੀਂ ਨਾ ਐਡ ਕੀਤਾ ਸੇਵ ਸੀਗਾ ਜੇ ਹੁੰਦਾ ਫਿਰ ਤਾਂ ਮੈਂ ਕਿਵੇਂ ਨਿਕਲੇ ਤਰੋਹ ਤਾਂ ਨਹੀਂ ਤਰੋਹ ਛੱਡ ਕੇ ਮੈਂ ਤਾਂ ਗੁਰਕੀ ਦੇ ਅੱਗੇ ਫੋਨ ਕਰੀ ਜਾਵਾਂ ਬੜੀਆਂ ਦੇ ਤੇ ਹੋ ਗਏ ਬਾਹਰ ਉੱਥੇ ਖਰਕੀ ਤੇ ਤੇਰੀ ਮਾਸੀ ਗਾਂ ਚੋਦੀ ਜੋਂਦੀ ਨਾ ਵਿੱਚ ਉਹਨੂੰ ਫੋਨ ਕਰਤਾ ਤੇ ਮੈਨੂੰ ਮੈਂ ਗੁਰਕੀਰਤ ਨੂੰ ਕਿਹਾ ਮੈਂ ਹਾਂ ਗੁਰਕੀਰਤ ਵੇ ਉਹ ਆਂਦੇ ਵੀ ਐਂ ਕਰਕੇ ਮੈਂ ਕਿਹਾ ਸਕੈਨਿੰਗ ਦੇ ਵਿੱਚ ਪੈਸੇ ਆਏ ਆ ਸਕੈਨ ਕੀਤਾ ਸੀ ਤੇ ਮੈਂ ਉਹਦੇ 'ਚ ਕਿਤੇ 500 ਨੋਟ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜੇ ਹਨਾ ਮੈਨੂੰ ਤਾਂ ਗੁੱਸੇ ਇੱਕ ਤਾਂ ਨਾ ਮੇਰਾ ਤਾਂ ਪਹਿਲੀ ਗੱਲ ਤਾਂ ਮੇਰਾ ਦਿਮਾਗ ਜਿਹਾ ਵੀ ਗੂਗਲ ਪੇ ਫੇਲਿਅਰ ਕੀਤਾ ਤੁਸੀਂ ਨਾ ਇੱਕੇ ਤਾਂ ਉਹਨੇ ਨਹੀਂ ਤੇਰੀ ਮਾਸੀ ਇਹ ਤਾਂ ਸਕੈਨ ਹੀ ਕਰਦੀ ਆ ਤੇ ਮੈਨੂੰ ਦਿਮਾਗ 'ਚ ਦੱਸਦਾ ਮੇਰੇ ਐਵੇਂ ਕਿਵੇਂ ਆ ਟੈਨਸ਼ਨ ਮੈਨੂੰ ਤਾਦ ਪੈ ਗਈ ਵੀ ਇੱਕੇ ਤਾਂ ਮੈਂ ਵੀ ਪਾਗਲ ਨੇ ਸੋਚਿਆ ਨਾ ਵੀ ਸਕੈਨ ਕੀਤੇ ਉਹਦੇ 'ਚ 500 ਕਿਵੇਂ ਹਨਾ ਮੈਂ ਆਖਾਂ ਵੀ ਹਾਏ 5,000 ਰੁਪਇਆ ਆਉਂਦੇ ਜਲਦੀ ਮੈਂ ਗੁਰਕੀ ਤੁਹਾਨੂੰ ਦਿਖਾ ਦੀ ਆਈ ਸਾਨੂੰ ਕਾਹਦੀਆਂ ਅਸੀਂ ਕਾਹਦੀਆਂ ਬੇਈਮਾਨੀਆਂ ਕੀਤੀਆਂ ਅਸੀਂ ਪੈਸੇ ਦੇ ਕੇ ਆਏ ਆ ਮੈਂ ਕਿਹਾ ਵੀ 24,000 ਰੁਪਇਆ ਅਸੀਂ ਕੈਸ਼ ਦਿੱਤਾ 25,000 ਰੁਪਇਆ ਅਸੀਂ ਮੈਂ ਕਿਹਾ ਉਹਨੇ ਸਕੈਨ ਕੀਤਾ ਹਨਾ ਮਿੱਤਰੋ ਜੀਭ ਕੇ ਪਾਸੇ ਨੂੰ ਆਪਣਾ ਜਾਣ ਦਾ ਇਰਾਦਾ ਹੈਗਾ ਕਿਤੇ ਜਾਣ ਦਾ ਬਰਥਡੇ ਪਾਰਟੀ ਜਾਣਾ ਆਪਾਂ ਸੋ ਆਪਾਂ ਉੱਥੇ ਚੱਲੇ ਹਾਂ ਤੇ ਗਾਇਸ ਚੈਨਲ ਕਰਨ ਸਬਸਕ੍ਰਾਈਬ ਤੇ ਮਿਲਦੇ ਨੈਕਸਟ ਵਲੌਗ